अच्छा जी, अस्सलाम वालेकुम जनाब। इस्लामाबाद तो मतलब कोई 3-4 हफ्ता, बल्कि हफ्ता बाद आए हैं पिंड। तो पिंड की जिन्हों कहते हैं ना, हर चीज़ दिल च रसी पई यार। ठीक है, मज़ा पिंड आ के आंदा, उत्थे दिल नहीं लगा, चाहे जिनी भी जैशी है ना। वो दूर फिटे मुँह खलो जा, गुड्डा आया ही इधर, मैं आया, मैनू मेरी टेंशन नहीं है, गुड्डे की टेंशन है, खलो जा एक मिनट। तू आया कि ना यार? नहीं, दिल ही नहीं लगन दिया है उत्थे, फिर मैनू आना पिया वापस। खुराक तो ये इंजन कर लेंदे, खुराक नहीं पेपर है, वो बहन दे इत्थे बैठ, तू रहन दे, मैनू बहन दे, रहन दे। अच्छा जी, ते जिन्ना भी वड्डा शहर है, जो भी है, अपने वर्गियां पिंड दे विच आ गए, अपनियां जड़ियां को दो को खचा रखियां होंदियां ना, स्वाद इन्ना नहीं है भाई। सिद्दी का एक ते तू हो गया, ਦੋਵੇਂ ਤੁਸੀਂ ਹੋ, ਮੈਂ ਨਹੀਂ ਆ। ਤੇ ਇਹ ਤੇ ਕਹਿੰਦਾ ਪਿਆ ਸੀਗਾ ਮੇਰਾ ਇਸਲਾਮਾਬਾਦ ਦਿਲ ਲੱਗ ਗਿਆ, ਮੈਂ ਆਪਣੀ ਮਰੀ ਰਹਿਣਾ ਕਜ਼ਨ ਕੋਲ ਹੀ। ਹਾਂ, ਰਹਿਣਾ ਇੱਥੇ। ਡਾਊਨ ਟਾਊਨ ਪਲਾਟ ਵੀ ਆਪਣਾ ਲਿਆ। ਕਿਹੜਾ ਡਾਊਨ ਟਾਊਨ? ਇੱਥੇ ਕੀ ਲੈਣਾ ਹੈ? ਡਾਊਨ ਟਾਊਨ ਕਿਹੜਾ? ਤੂੰ ਲੈਣ ਕੀ ਆਇਆ ਪਿੰਡ ਹੁਣ? ਚੰਗਾ ਭਲਾ ਦੱਸ ਦੇਣ ਸਾਨੂੰ ਵੀ, ਸੋਚ ਸੀਗਾ। ਚੁੱਪ ਕਰ ਜੋ ਬਈ, ਬੜਾ ਅੱਕ ਗਏ ਸਾਂ ਉੱਥੇ, ਉੱਥੇ ਦਿਲ ਹੀ ਨਹੀਂ ਲੱਗਾ। ਉੱਥੇ ਫ੍ਰੀ ਨਹੀਂ ਨਾ ਕੋ ਖਵਾਉਂਦਾ ਹੋਣਾ ਸਾਡੇ। ਇਹ ਪਿੰਡ ਦੀ ਹੈ, ਇਹ ਮੌਜ ਨਹੀਂ ਨਾ ਲੱਭੀ ਹੈ, ਇਹ ਸੂਰਜ, ਇਹ ਸੂਰਜ ਹੀ ਮੌਜ ਹੁੰਦਾ। ਉੱਧਰ ਨਹੀਂ ਨਿਕਲਦਾ, ਇਸਲਾਮਾਬਾਦ ਵਾਲਿਆਂ ਦਾ ਆਪਣਾ ਸੂਰਜ ਨਿਕਲਦਾ ਹੈ, ਲੇਕਿਨ ਉੱਥੇ ਘੱਟ ਹੀ ਨਜ਼ਰ ਆਉਂਦਾ। ਉਹ ਸਾਰੀ ਦਿਹਾੜੀ ਲੋਕ ਸੁੱਤੇ ਰਹਿੰਦੇ, ਰਾਤ ਨੂੰ ਭੂਤਾਂ ਤਰ੍ਹਾਂ ਨਿਕਲ ਆਉਂਦੇ ਨਹੀਂ। ਅਸੀਂ ਪਿੰਡਾਂ ਵਾਲੇ ਸਵੇਰੇ ਸਵੇਰੇ ਉੱਠ ਕੇ ਸੂਰਜ ਵੀ ਨਿਕਲ ਆਇਆ ਕਰਨਾ ਸੀ, ਬਾਹਰ ਵਾਲਿਆਂ ਵਾਂਗੂ। ਮੈਂ ਬਾਹਰ ਵਾਲਿਆਂ ਕੋ ਕਿੱਥੋਂ ਨਿਕਲਦਾ? ਮੈਂ ਤੂੰ ਉੱਥੇ ਜਾ ਕੇ ਅੰਦਰ ਹੋ, ਮੈਂ ਰਹਿਣਾ ਹੀ ਅੰਦਰ ਸਾਂ, ਤੇ ਮੈਂ ਬਾਹਰ ਵਾਲਿਆਂ ਵਾਂਗੂ ਕਿਵੇਂ ਨਿਕਲਦਾ? ਪਤਾ ਨਹੀਂ ਕੋਣ ਦੇ ਤੇਰਾ ਨਹੀਂ ਨਹੀਂ। ਖੈਰ ਯਾਰ, ਮਤਲਬ ਇਹਨਾਂ ਨੂੰ ਛੱਡੋ, ਲੇਕਿਨ ਇਹ ਹੈ ਕਿ ਤੁਸੀਂ ਤੇਰੇ ਨਾ ਛੱਡੀਏ, ਜਿੰਨੀ ਕੋਸ਼ਿਸ਼ ਹੋ ਸਕੇ ਆਪਣੇ ਪਿੰਡ ਰਹੋ, ਆਪਣੇ ਘਰ ਰਹੋ ਬਈ ਜੀ, ਅੱਧੀ ਖਾ ਲਓ, ਸੋਹਣੀ ਖਾ ਲਓ, ਆਪਣੇ ਪਿੰਡ ਰਹੋ ਤੇ ਇਸਲਾਮਾਬਾਦ ਨਾ ਰਹੋ। ਇਸਲਾਮਾਬਾਦ ਨਾ ਰਹੋ, ਅਸਲਾਮ ਅਲੈਕਮ ਫਿਟੇ ਮੂੰਹ। ਤੇ ਯਾਰ ਹੱਥ ਅੱਗੇ ਬਾਰ ਬਾਰ ਆਂਜਾਂ ਨੇ ਕੀ ਕਰਨਾ? ਸਲਾਮ ਅਲੈਕਮ ਜੀ। ਹਾਂਜੀ, ਮੈਨੂੰ ਜਾਣਦੇ ਹੋ ਕਿ ਤੁਸੀਂ ਲਾਸ਼ ਹੋ? ਨਹੀਂ, ਲਾਸ਼ ਨੂੰ ਬੰਦਾ ਜਾਣਦਾ? ਜਿਹੜੇ ਅੱਜ ਕੱਲ ਖਚਾ ਨੀ ਮਾਰਦੇ, ਮਤਲਬ ਸਮਝ ਲਓ ਕਿ ਉਹ ਖਚਾ ਵਾਲੋ, ਹਾਂਜੀ ਸਮਝ ਲਓ, ਚਵਲ ਹੀ ਆ ਮੈਂ, ਚਵਲਾ ਨੀ ਮਾਰਦੇ ਜਿਹੜੇ ਉਹ। ਅੱਛਾ ਜੀ, ਏਦਾਂ ਕਰ ਲਈਏ, ਕਮੇਟੀ ਦਾ ਕੀ ਕੀਤਾ? ਠੀਕ ਹੈ, ਬਈ ਮੈਂ ਤੁਹਾਡੇ ਲਈ ਬੈਠਾ ਕਮੇਟੀ ਦੀ ਬਾਅਦ ਚ, ਜਿਹੜੀ ਭਾਈ ਅੱਲਾ ਮਾਫੀ ਦਾ, ਮੇਰੀ ਵੀਡੀਓ ਵੇਖੀ ਕਿ ਨਹੀਂ ਮੈਨੂੰ ਇਹਨਾਂ ਦੱਸ ਦਿਓ ਬਸ, ਵੀਡੀਓ ਵੇਖੀ ਮੇਰੀ? ਕਿਹੜੀ ਵੀਡੀਓ ਤੇਰੀ? ਯਾਰ ਮੈਂ YouTube ਤੇ ਪਾਈ ਭਾਈ, ਉਹ ਵੀਡੀਓ ਮੇਰਾ ਫਸਟ ਵੀਡੀਓ ਭਾਈ ਜੀ, YouTube ਤੇ ਪਾਈ ਤੇ ਲਾ ਲਵੋ, ਉਥੋਂ ਸੁੱਕ ਵੀ ਹੋਣੀ ਹੁਣ ਤੇ। ਕੱਪੜੇ ਨਹੀਂ ਹੈ, ਵੀਡੀਓ ਆ ਭਰਾ, ਅਸੀਂ ਕਾਹਤੋਂ ਵੇਖੀਏ, ਅਸੀਂ ਤੇ ਆਪ ਡੋਰੇਮੋਨ ਵੇਖਣੇ ਆ। ਯਾਰ ਤੁਹਾਡੇ ਕੋਲ ਫੋਨ ਹੈ, ਮੈਂ ਤੁਹਾਨੂੰ ਲਿਆਉਂਦੇ ਹੋਣੇ ਜਾਂ ਕਰਾਕ ਲਿਆਉਂਦੇ ਨੇ? ਪੱਠਿਆਂ ਦਾ ਕੀ ਕੀਤਾ ਫਿਰ? 2 ਕਿੱਲੇ ਲੈਣੇ ਸੀ ਹੋਰ ਵੀ ਡੰਗਰਾਂ ਵਾਸਤੇ। ਹਾਂਜੀ ਭਾਈ, ਤੁਹਾਡਾ ਕੀ ਸੀਨ ਹੈ? ਤੁਸੀਂ ਮੈਨੂੰ ਖਰਚ ਕਰਨ ਦੇ ਯਾਰ, ਮੈਂ ਤੁਹਾਡੇ ਲਈ ਬੈਠਾ, ਮੈਂ ਮਾਰਦੇ ਨੇ ਤੇ ਤੁਹਾਡੇ ਨਾਲ ਹੋਰ ਕੀ ਗਈ ਖਲਾਸ, ਮੈਂ ਤੁਹਾਡੇ ਲਈ ਬੈਠਾ। ਅੱਲਾ ਦੇ ਉਹ ਬੰਦੇ ਹੋ ਤੇ ਤੁਸੀਂ ਅੱਗੋਂ ਆਪਣੀਆਂ ਗੱਲਾਂ ਸ਼ੁਰੂ ਕਰਤੀਆਂ। ਸਾਡੇ ਲਈ ਕਾਹਤੋਂ ਬੈਠਾ ਹੈ ਤੂੰ? ਸਾਡੇ ਲਈ ਬੈਠਾ ਹੁੰਦਾ ਤੂੰ, ਇੱਥੇ ਬੋਤਲ ਹੁੰਦੀ ਨਾਲ, ਪਤਾ ਹੁੰਦਾ ਵੀ ਬਾਕੀ ਸਾਡੇ ਲਈ ਉਹ ਰੋਜ਼ੇ ਨੇ ਭਰਾ, ਨਾਲੇ ਤੇ ਰੋਜ਼ੇ ਹੀ ਨੇ, ਆਹੋ ਤੇ ਰੋਜ਼ ਹੀ ਰੋਜ਼ੇ ਹੁੰਦੇ ਨੇ ਤੇ ਨਹੀਂ। ਸਲਾਮ ਅਲੈਕਮ ਜੀ, ਫਿਰ ਆ ਗਿਆ ਬਈ, ਫਿਰ ਤੋਂ ਕੀ ਮਰਾਦ ਹੈ? ਖੈਰ ਹੋਵੇ, ਤੈਨੂੰ ਕਿਹਾ ਵੀ ਕੀ ਤੇਰੀ ਵੀਡੀਓ ਵੇਖ ਕੇ ਅਸੀਂ ਕਰਨਾ ਲੰਮਾ, ਤੂੰ ਸ਼ਬਾਸ਼ ਸ਼ਰੀਫ ਬਣਾਉਣਾ? ਬਈ ਸ਼ਬਾਸ਼ ਸ਼ਰੀਫ ਨਾ ਨਹੀਂ, ਮੈਂ ਵਲੌਗ ਵੀ ਸ਼ੂਟ ਕਰ ਰਿਹਾ, ਮਿਹਰਬਾਨੀ, ਮੈਂ ਮਿਹਨਤ ਕਰ ਰਿਹਾ, ਸ਼ੂਟ ਹੋ ਜਾਣਾ ਕਿਸੇ ਪਾਸੇ ਨੂੰ, ਮੈਂ ਮਿਹਨਤ ਕਰ, ਮੈਂ ਕਹਿੰਦਾ ਸਾਡਾ ਦਿਮਾਗ ਨਾ ਖਰਾਬ ਕਰ, ਇੱਥੋਂ ਸ਼ੂਟ ਹੋ ਜਾ। ਆਹੋ ਬਿਹਤਰ ਹੈ, ਤੂੰ 150 ਵਾਲੀ ਐਨਕ ਲਾਈ ਤੇ 120 ਵਾਲੀ ਮੇਰੇ ਕੋਲ ਵੀ, ਤੂੰ ਕਾਹਦਾ ਕੈਮਰਾਮੈਨ ਤੇ ਬਲੌਗਰ? ਮੈਂ 300 ਰੁਪਏ ਦੀ ਪਈ ਸੀ, 150 ਦੀ ਨਹੀਂ ਹੈ, ਜਿੰਦੀ ਹੈ ਵੀ ਉਹਨੂੰ ਦਿੰਦਾ ਨਹੀਂ ਵਾਪਸ, ਮੇਰੀ ਹੈ, ਮੈਂ ਆਪਣੀ ਜ਼ਾਤੀ ਐਨਕ ਲਈ ਹੈ। ਤੁਹਾਡੀ ਜ਼ਾਤ ਕੀ? ਕਮ ਜ਼ਾਤ, ਉਹ ਫਿਰ ਉਹੀ ਵੱਧ ਜ਼ਾਤ ਹੀ ਗੱਲ ਹੋ ਗਈ ਨਾ, ਦੁਰ ਜ਼ਾਤ ਤੇਰੇ ਤੇ ਵੀ, ਦੁਰ ਜ਼ਾਤ। ਚੱਲ ਯਾਰ, ਵੀਡੀਓ ਵੇਖੀ ਕਿ ਨਹੀਂ ਮੈਨੂੰ ਇਹ ਦੱਸ ਕੇ ਜਾ। ਉਹ ਭਾਈ ਸਾਡੇ ਕੋਲ ਹਾਲਾਤ ਨਹੀਂ ਵੇਖੇ ਜਾਂਦੇ, ਤੈਨੂੰ ਵੀਡੀਓ ਦੀ ਪਈ ਦੁਰ? ਕਿਹੜੇ ਹਾਲਾਤ? ਕਿਹੜੇ ਹਾਲਾਤ? ਜਿਹੜੇ ਹਕੂਮਤ, ਅੱਲਾ ਦਾ ਸ਼ੁਕਰ ਹੈ ਠੀਕ ਨੇ ਹਾਲਾਤ, ਤੁਸੀਂ ਲੋਕਾਂ ਨੇ ਆਪ ਹੀ ਆਪਣੇ ਵਾਸਤੇ ਬਸ ਰੋਣੇ ਖਰੀਦੇ ਨੇ, ਕੁਛ ਵੀ ਨਹੀਂ ਆਇਆ ਸਾਡੇ ਹਾਲਾਤਾਂ ਨੂੰ, ਠੀਕ ਠਾਕ ਆ। ਤੁਸੀਂ ਭੈਣ ਜੋ ਡੀਜੇ ਦੇ ਉੱਤੇ ਜਿਹੜਾ ਉਹ ਹਾਸੇ ਲਾਏ ਹੁੰਦੇ ਨੇ? ਕਿਹੜੇ ਡੀਜੇ ਤੇ? ਨਹੀਂ, ਅਸੀਂ ਰੋਣੇ ਖਰੀਦੇ ਨੇ ਨਾ,
ਅਸੀਂ ਤੇ ਖਲੋਣੇ ਨਹੀਂ ਕਦੀ ਖਰੀਦੇ ਤੇ ਰੋਣੇ ਕਿੱਥੋਂ ਖਰੀਦਣੇ ਨੇ ਤੇ ਵੀਡੀਓ ਸ਼ੀਡੀਓ ਦਾ ਯਾਰ ਦੱਸੋ ਜਿਹੜਾ ਮੈਂ ਮੇਨ ਮਕਸਦ ਲਿਆ ਜੇ ਕੋਈ ਤੁਹਾਡੇ ਤੱਕ ਪਹੁੰਚੀ ਮੇਰੀ ਵੀਡੀਓ ਕਾਸ਼ੀ ਵਲੌਗ ਦੇ ਨਾਮ ਤੋਂ ਚੈਨਲ ਹੈ ਸਾਡੇ ਤੱਕ ਕੋਈ ਵੀ ਨਹੀਂ ਪਹੁੰਚੀ ਹੈਗੀ ਅਗਰ ਕੋਈ ਖਬਰ ਪਹੁੰਚੀ ਹੁੰਦੀ ਤੇ ਅਸੀਂ ਫਾਤਿਆ ਕਹਿਣ ਜ਼ਰੂਰ ਆਣਾ ਖਬਰ ਮਰਨ ਦੀ ਹੈ ਫਾਤੇ ਤੂੰ ਮੈਂ ਮਰ ਗਿਆ ਮੇਰੀ ਮੌਤ ਦੀ ਵੀਡੀਓ ਵੇਖਣੀ ਸੀ ਤੂੰ ਕਿਤੇ ਤੂੰ ਫਾਤੇ ਕਹਿਣਾ ਸੀ ਯਾਰ ਆਪੇ ਕਹਿੰਦੇ ਕੋ ਵੀਡੀਓ ਪਹੁੰਚੀ ਹੈ ਪਹੁੰਚੀ ਕੀ ਅੱਲਾ ਮਾਵੀ ਦਾ ਤੂੰ ਪਾਰਸਲ ਕਰਾਈ ਸੀ ਸਾਨੂੰ ਵੀਡੀਓ ਐਡਾ ਸੋਹਣਾ ਤੂੰ ਕਦੀ ਲੱਗਾ ਜਿੱਦਾਂ ਮੈਂ ਤੈਨੂੰ ਫਿਲਟਰ 'ਚ ਲੈ ਆਂਦਾ ਮਤਲਬ ਕਿਹੜੇ ਫਿਲਟਰ 'ਚ ਮੋਟਰਸਾਈਕਲ ਦਾ ਫਿਲਟਰ ਮੋਟਰਸਾਈਕਲ ਦਾ ਫਿਲਟਰ ਨਹੀਂ ਹੈ ਸਨੈਪਚੈਟ ਦਾ ਫਿਲਟਰ ਹੈ ਤੂੰ ਐਨਕ ਲਾ ਕੇ ਚੈੱਕ ਕਰ ਜਰਾ ਵੇ ਤੇ ਆਉਂਦੇ ਆਪਾਂ ਕੀ ਬਾਤ ਹੈ ਜੀ ਤੇਰਾ ਮੂੰਹ ਵੀ ਚਿੱਟਾ ਹੋ ਗਿਆ ਲੱਗ ਮੇਰਾ ਵੀ ਬਹੁਤਾ ਕਾਲਾ ਹੈ ਬੇੜਾ ਇੱਧਰ ਵੇ ਹੁਣ ਮੇਰੀ ਗੱਲ ਸੁਣ ਮੈਨੂੰ ਦੱਸ ਭਾਈ ਕਿੰਨੇ ਦਾ ਲਿਆਈ ਕੀ ਫਿਲਟਰ ਫਿਲਟਰ ਨਹੀਂ ਫੋਨ ਦੇ ਵਿੱਚ ਆਂਦਾ ਫੋਨ ਮੈਂ ਚੱਲ ਗਿਆ ਦੋਰ ਫਿਲਟਰ ਵਾਲਾ ਇਸ਼ਾਰਾ ਕਿਉਂ ਕਰ ਰਿਹਾ ਦੋਰ ਫਿਲਟਰ ਨਹੀਂ ਮੈਂ ਕਰ ਰਿਹਾ ਮੈਂ ਵੈਸੇ ਓਕੇ ਕਰ ਰਿਹਾ ਕੰਮ ਓਕੇ ਆ ਹੁਣ ਕੀ ਤੁਹਾਨੂੰ ਭਾਈ ਫੋਲੋ ਕਰਨਾ ਸੀ ਯਾਰ ਮੈਨੂੰ ਫੋਲੋ ਕਰੋ ਮੈਨੂੰ ਸਬਸਕ੍ਰਾਈਬ ਕਰੋ ਫੋਲੋ ਸਬਸਕ੍ਰਾਈਬ ਸਰਪ੍ਰਾਈਜ਼ ਤੁਹਾਡੇ ਅੰਦਰ ਖੁਸ਼ ਕੀ ਹੈ ਜਿਹੜਾ ਤੁਹਾਨੂੰ ਸਬਸਕ੍ਰਾਈਬ ਕਰਨਾ ਹੈ ਖੇਤਾਂ ਦੀ ਸਬਸਕ੍ਰਿਪਸ਼ਨ ਹੁੰਦੀ ਹੁੰਦੀ ਜਿਵੇਂ ਭਾਈ ਜਾਨ ਸਬਸਕ੍ਰਾਈਬ ਹੁੰਦਾ ਲਫ਼ਜ਼ ਨਾ ਸਬਸਕ੍ਰਾਈਬ ਕਰੋ ਮੈਂ ਥੋੜਾ ਜਿਹਾ ਘੱਟ ਪੜ੍ਹ ਰਿਹਾ ਹਾਂ ਮੈਨੂੰ ਨਹੀਂ ਇੰਨਾ ਲਫ਼ਜ਼ ਨਹੀਂ ਆ ਰਹੇ ਯਾਦ ਤੇ ਉੱਠੀਏ ਯਾਰ ਪੱਟੇ ਕਿੱਥੇ ਕਰਨਾ ਤੇ ਵੇਲਾ ਕਿੱਥੇ YouTube ਚੈਨਲ ਹੈ ਕਾਸ਼ੀ ਵਲੌਗ ਦੇ ਨਾਮ ਤੋਂ ਮੇਰਾ ਤੁਹਾਡਾ ਹੈ ਨਾ ਜੀ ਭਾਈ ਮੈਂ ਇੱਧਰ ਦੋ ਕੱਢ ਲਈਏ ਕਿਹੜਾ ਸਾਡਾ ਮੈਂ ਕੱਢ ਕੇ ਦੇਣਾ ਮੋਬਾਈਲ ਤੇ ਕੀ ਕੱਢ ਕੇ ਦੇਣਾ ਲਮਕ ਦੇ ਗੱਟਾ ਦੇ ਜਿਹੜਾ ਤੂੰ ਕੱਢ ਕੇ ਦੇਣਾ ਜਾ ਕੰਮ ਕਰ ਪਰ ਆਪਣਾ ਉਹ ਯਾਰ ਇਹਨੂੰ ਫੋਲੋ ਨਾ ਕਰਿਓ ਤੁਹਾਡੀ ਮਿਹਰਬਾਨੀ ਤੇ ਜਰੀਡ ਕਰੋ ਜਿਵੇਂ ਅਸੀਂ ਕਰਨੇ ਆ ਭਾਈ ਮੇਰੀ ਗੱਲ ਸੁਣ ਇੱਜ਼ਤ ਤੇ ਜ਼ਿਲਤ ਅੱਲਾ ਦੇ ਹੱਕ ਚ ਯਾਰ ਤੂੰ ਜਿੰਨਿਆਂ ਨੂੰ ਮਰਦੀ ਕਿਉਂ ਵੇ ਕੀ ਆ ਮੋਬਾਈਲ ਤਾਂ ਮੋਬਾਈਲ ਮੇਰਾ ਇਸੇ ਹੱਥੋਂ ਤੇਰੀ ਜ਼ਿਲਤ ਹੋਂਦੇ ਹੀ ਕੋਈ ਟੈਨਸ਼ਨ ਨਹੀਂ ਇਹ ਰੱਬ ਵੱਲੋਂ ਹੈ ਮੇਰਾ ਤੈਨੂੰ ਤੋ ਤਿੰਨ ਲੱਖ ਬੰਦੇ ਦੇ ਵਿੱਚ ਲਾਣਾ ਠੀਕ ਹੈ ਵਲੌਗ ਦਾ ਜਲਸੇ ਚ ਚੱਲਣਾ ਲੱਗਾ ਮੇਰੀ ਕੋ ਤਾਰੀਫ ਕਰ ਮਾੜੀ ਮੋਟੀ ਖਚਾਣਾ ਮਾਰ ਤਾਰੀਫ ਉਸ ਖੁਦਾ ਕੀ ਜਿਸ ਨੇ ਇਹ ਜਹਾਂ ਬਣਾਇਆ ਤੇ ਉਹਨੇ ਹੀ